ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਦਾ ਸਾਥ ਹੈ। ਸਭ ਤੋਂ ਪਹਿਲਾਂ ਸਵਾਗਤ, ਫਿਰ ਕਰਦੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਅੱਜ ਐਲਾਨ ਹੋ ਗਿਆ ਤੇ 3 ਤਰੀਕ ਨੂੰ ਆ ਜਾਣੇ ਆ ਨਤੀਜੇ, ਦਸੰਬਰ ਦੇ ਮਹੀਨੇ। ਤਿਆਰੀਆਂ ਵੀ ਸ਼ੁਰੂ ਕਰ ਲਈਆਂ ਤੇ ਜੇਪੀ ਨੱਡਾ ਹੁਣੀ ਕਹਿੰਦੇ ਆ ਕਿ ਭਾਜਪਾ ਦੀ ਜਿੱਤ ਪੱਕੀ ਹੈ, ਕੀ ਕਹਿਣਾ ਚਾਹੁੰਦੇ ਜੀ? ਜੇਪੀ ਨੱਡਾ ਇਸ ਵੇਲੇ ਦੇਸ਼ ਵਿੱਚ ਰਾਜ ਕਰਦੀ ਪਾਰਟੀ ਦਾ ਪ੍ਰਧਾਨ ਹੈ ਜੀ। ਉਹਨੇ ਤੇ ਕਹਿਣਾ ਹੀ ਕਹਿਣਾ, ਕਾਂਗਰਸੀਆਂ ਨੂੰ ਪੁੱਛੋ, ਉਹ ਕਹਿੰਦੇ ਭਾਜਪਾ ਦੇ ਪੈਰ ਇਸ ਵਾਰੀ ਉਖੜ ਜਾਣੇ ਆ। ਇਹ ਜਿਹੜੇ ਪੰਜ ਸੂਬੇ ਆ, ਭਾਜਪਾ ਦੇ ਕੋਲ ਹੈ ਕਿਹੜਾ? ਇੱਕੋ ਮੱਧ ਪ੍ਰਦੇਸ਼ ਹੀ ਆ, ਉੱਥੋਂ ਵੀ ਪੈਰ ਉਖੜ ਸਕਦੇ ਆ। ਹਾਲਾਤ ਉੱਥੇ ਇਸ ਤਰ੍ਹਾਂ ਦੇ ਆ, ਪਹਿਲਾਂ ਤਾਂ ਪਿਛਲੀ ਵਾਰੀ ਇਹ ਚੋਣ ਹਾਰ ਗਏ ਸੀ, ਕਾਂਗਰਸ ਦਾ ਕਮਲਨਾਥ ਉੱਥੇ ਮੁੱਖ ਮੰਤਰੀ ਬਣ ਗਿਆ। ਕਮਲਨਾਥ ਕੋਈ ਚੰਗਾ ਬੰਦਾ ਨਹੀਂ ਗਾ ਤੇ ਪਤਾ ਨਹੀਂ ਕਿਉਂ ਕਾਂਗਰਸੀਆਂ ਨੂੰ ਉੱਥੇ ਚੰਗਾ ਕੋਈ ਲੱਭਦਾ ਵੀ ਨਹੀਂ। ਜਿਹੜਾ ਇਹਨੂੰ ਛੱਡ ਕੇ ਗਿਆ ਉਹ ਵੀ ਚੰਗਾ ਨਹੀਂ ਗਾ, ਜੋਤਿਰਾਦਿੱਤਯ ਸਿੰਧੀਆ, ਉਹ ਇਹਨਾਂ ਨੂੰ ਛੱਡ ਕੇ ਗਿਆ ਭਾਜਪਾ 'ਚ। ਕੇਂਦਰ ਦੀ ਇੱਕ ਟੁੱਟੀ ਜਿਹੀ ਵਜ਼ੀਰੀ ਵਾਸਤੇ ਆਪਣੀ ਪਾਰਟੀ ਨੂੰ ਛੱਡ ਕੇ ਉੱਥੇ ਗਿਆ, ਉੱਧਰ ਵੀ ਪੈਰ ਨਹੀਂ ਉਹਦੇ ਲੱਗੇ। ਪਾਰਟੀ ਰੈਲੀਆਂ 'ਚ ਪਾਸੇ ਖਲੋਤਾ ਰਹਿੰਦਾ, ਉਹਨੂੰ ਬਹਿਣ ਨੂੰ ਸੀਟ ਵੀ ਨਹੀਂ ਦਿੰਦੇ। ਹੁਣ ਹਾਲਤ ਉੱਥੇ ਇਹ ਆ ਕਿ ਮੁੱਖ ਮੰਤਰੀ ਲੋਕਾਂ ਕੋਲ ਤਰਲੇ ਹੀ ਮਾਰੀ ਜਾਂਦਾ ਔਰ ਇੱਕੋ ਗੱਲ ਕਹੀ ਜਾਂਦਾ, ਜੇ ਮੈਂ ਨਾ ਮੁੱਖ ਮੰਤਰੀ ਬਣ ਸਕਿਆ ਫਿਰ ਤੁਸੀਂ ਆਪਣੇ ਮਾਮੇ ਨੂੰ ਯਾਦ ਕਰਿਆ ਕਰੋਗੇ ਜੀ। ਇਹ ਮਾਮਾਗਿਰੀ ਦੇ ਉੱਤੇ ਪਹਿਲਾਂ ਜਿੰਨੇ ਕੁ ਤਮਾਸ਼ੇ ਕਰਨੇ ਸੀ ਕਰ ਲਏ, ਹੁਣ ਲੋਕ ਨਹੀਂ ਸੁਣਦੇ, ਹਾਲਾਤ ਬਦਲੇ ਹੋਏ ਨੇ। ਰਾਜਸਥਾਨ ਦੇ ਵਿੱਚ ਜਿਹੜਾ ਇਹ ਹੈਗਾ ਮੱਧ ਪ੍ਰਦੇਸ਼, ਇਹਦੀਆਂ 230 ਸੀਟਾਂ ਨੇ, ਇਹਦੇ 'ਚੋਂ ਕੱਟ ਕੇ ਵੱਖਰਾ ਬਣਾਇਆ ਸੀ ਬਿਲਾਸਪੁਰ, ਬਹੁਤਾ ਜੰਗਲੀ ਏਰੀਆ ਸੀ। ਮੈਂ 1980-82 'ਚ ਦੋ ਵਾਰ ਉਦੋਂ ਉੱਥੇ ਗਿਆ ਜਦੋਂ ਇਹ ਮੱਧ ਪ੍ਰਦੇਸ਼ ਦਾ ਹਿੱਸਾ ਹੁੰਦਾ ਸੀ, ਅਤੇ ਜਿੱਦਾਂ ਅਸੀਂ ਕਹਿ ਦਿੰਦੇ ਮਾਲਵਾ, ਉਸ ਇਲਾਕੇ ਨੂੰ ਛੱਤੀਸਗੜ੍ਹ ਉਦੋਂ ਕਹਿੰਦੇ ਹੁੰਦੇ ਸੀ। ਮੈਂ ਉਸ ਇਲਾਕੇ 'ਚ ਉਦੋਂ ਘੁੰਮ ਕੇ ਆਇਆ, ਬਹੁਤ ਗਰੀਬੀ ਸੀ। ਜਦੋਂ ਦਾ ਉਹ ਮੱਧ ਪ੍ਰਦੇਸ਼ ਤੋਂ ਵੱਖਰਾ ਹੋ ਗਿਆ, ਹੌਲੀ ਹੌਲੀ ਤਰੱਕੀ ਕਰਦਾ ਗਿਆ। ਪਹਿਲਾਂ ਭਾਜਪਾ ਦਾ ਲੀਡਰ ਸੀ ਉੱਥੇ ਡਾਕਟਰ ਰਮਨ ਸਿੰਘ, 3 ਵਾਰ ਲਗਾਤਾਰ ਜਿੱਤਿਆ, ਕੰਮ ਉਹਨੇ ਵੀ ਕੀਤਾ ਸੀ, ਹਾਲਾਂਕਿ ਉਹਦੇ 'ਤੇ ਦੋਸ਼ ਬਥੇਰੇ ਲੱਗਦੇ ਸੀ, ਫਿਰਕੂ ਵੀ ਸੀਗਾ। ਪਰ 3 ਵਾਰੀਆਂ ਤੋਂ ਬਾਅਦ ਉਹਨੂੰ ਉਹਨਾਂ ਕਾਂਗਰਸੀਆਂ ਨੇ ਹਰਾਇਆ ਜਿੰਨਾ ਭਾਜਪਾ ਨੇ ਹਰਾਇਆ, ਕਿਉਂਕਿ ਭਾਜਪਾ ਦੀ ਕੇਂਦਰੀ ਕਮਾਂਡ ਸਮਝਦੀ ਸੀ ਇਹ 3 ਵਾਰੀ ਲਗਾਤਾਰ ਜਿੱਤ ਗਿਆ, 4ਥੀ ਵਾਰੀ ਜਿੱਤ ਗਿਆ ਨਾ ਅਤੇ ਕੇਂਦਰ ਵਾਲਿਆਂ ਨੂੰ ਅੱਖਾਂ ਵਿਖਾਊਗਾ, ਜਾਣ ਕੇ ਹਰਾਇਆ ਸੀ। ਉਹਦੀ ਥਾਂ ਦੇ ਉੱਤੇ ਭੁਪੇਸ਼ ਬਘੇਲ ਆਇਆ ਕਾਂਗਰਸ ਦਾ, ਇਹਨੇ ਉਹਦੇ ਨਾਲ ਵੀ ਵਧੀਆ ਕੰਮ ਕੀਤਾ ਅਤੇ ਇਹਦੇ ਕੰਮ, ਮੈਂ ਪਹਿਲਾਂ ਕਿਹਾ ਭਾਜਪਾ ਵਾਲੇ ਨੇ ਵੀ ਚੰਗਾ ਕੀਤਾ ਸੀ, ਇਹਨੇ ਉਹਦੇ ਤੋਂ ਵਧੀਆ ਕੀਤਾ, ਅਤੇ ਦੋਵਾਂ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਮੱਧ ਪ੍ਰਦੇਸ਼ ਨਾਲ ਛੱਤੀਸਗੜ੍ਹ ਅੱਗੇ ਵੱਧ ਰਿਹਾ। ਲੋਕਾਂ 'ਚ ਗੱਲ ਹੈਗੀ ਹੈ ਕਿ ਅਸੀਂ ਉਹਨਾਂ ਤੋਂ ਵੱਖ ਹੋ ਕੇ ਸੌਖੇ ਰਹੇ। ਉੱਥੋਂ ਦੀਆਂ ਕੁੱਲ 90 ਸੀਟਾਂ ਨੇ, ਉਹਦੇ ਵਾਸਤੇ ਵੀ ਲੜਾਈ ਹੈ। ਲੜਾਈ ਤੇਲੰਗਾਨਾ 'ਚ ਇਹਨਾਂ ਦੀ ਸਿੱਧੀ ਕੋਈ ਨਹੀਂ, ਉੱਥੇ ਕੇ ਚੰਦਰ ਸ਼ੇਖਰ ਰਾਓ, ਉਹ ਉੜੀਸਾ ਦੇ ਨਵੀਨ ਪਟਨਾਇਕ ਵਾਂਗੂ ਡਟ ਕੇ ਖਲੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਜੀ ਸਾਡੇ NDA ਗਠਜੋੜ 'ਚ ਆਉਣਾ ਚਾਹੁੰਦਾ ਸੀ ਅਤੇ ਮੈਂ ਲਿਆ ਨਹੀਂ। ਸੱਚਾਈ ਇਹ ਹੈ ਕਿ ਉਹਦੀ ਧੀ ਦੇ ਉੱਤੇ ਵੀ ਕੇਸ ਬਣਾਇਆ, ਪਰਿਵਾਰ ਦੇ ਜੀਆਂ 'ਤੇ ਵੀ, ਉਹਨਾਂ ਨੂੰ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਵੀ ਥੋੜ੍ਹਾ ਬਹੁਤ ਘਝੋਰਨ ਦਾ ਯਤਨ ਕੀਤਾ ਗਿਆ, ਪਰ ਗੱਲ ਫਿਰ ਨਹੀਂ ਬਣੀ, ਉਹ ਇਹਨਾਂ ਦਬਾਅ ਥੱਲੇ ਨਹੀਂ ਆਇਆ। ਅੱਜ ਵੀ ਉਹਦਾ ਉੱਥੇ ਲੋਕਾਂ 'ਚ ਪ੍ਰਭਾਵ ਕਾਇਮ ਹੈ। ਇੱਕ ਮਿਜ਼ੋਰਮ ਹੈ, ਛੋਟੀ ਜਿਹੀ ਸਟੇਟ ਉੱਤਰ ਪੂਰਬ ਦੀ, ਆਸਾਮ ਤੋਂ ਪਰੇ ਜਿਹੜੇ 7 ਸੂਬੇ ਆ, 7 ਸਿਸਟਰਸ, ਉਹਨਾਂ 'ਚੋਂ ਉਹ ਕਿਸੇ ਵਕਤ ਉੱਥੇ ਮਿਜ਼ੋ ਬਾਗੀ ਹੁੰਦਾ ਸੀ ਫਿਜ਼ੋ, ਫਿਜ਼ੋ ਦੇ ਜਿਹੜੇ ਗੁਰੀਲੇ ਸੀ ਭਾਰਤ ਸਰਕਾਰ ਦੇ ਖਿਲਾਫ ਲੜਦੇ ਹੁੰਦੇ ਸੀ, ਬੜੀ ਮੁਸ਼ਕਿਲ ਸਮਝੌਤਾ ਹੋਇਆ ਸੀ, ਨਾਜ਼ੁਕ ਸਟੇਟ ਆ, ਜੇ ਕੱਲ੍ਹ ਨੂੰ ਹਾਲਾਤ ਵਿਗੜ ਜਾਣ ਤਾਂ ਬੜੇ ਔਖਾ ਹੋਊਗਾ ਕੰਮ, ਇਸ ਕਰਕੇ ਉੱਥੇ ਸੰਭਲ ਕੇ ਚੱਲਣਾ ਪੈਣਾ। ਉੱਥੇ ਅਸੈਂਬਲੀ ਦੀਆਂ ਸਾਰੀਆਂ 40 ਸੀਟਾਂ ਨੇ, ਪਾਰਲੀਮੈਂਟ ਦੀ ਇੱਕ ਸੀਟ ਹੈ, ਉਸ ਰਾਜ ਦੇ ਵਿੱਚ ਅੱਗੇ ਮਿਜ਼ੋ ਨੈਸ਼ਨਲ ਫਰੰਟ ਦੀ ਸਰਕਾਰ ਚੱਲਦੀ ਹੈ। ਹੁਣ ਭਾਜਪਾ ਵੀ ਯਤਨ ਕਰਦੀ ਹੈ ਪੈਰ ਲੱਗ ਜਾਣ, ਕਾਂਗਰਸ ਵੀ, ਪਰ ਅਜੇ ਤੱਕ ਉਹਦਾ ਲੋਕਾਂ 'ਚ ਦਬਦਬਾ ਕਾਇਮ ਹੈ, ਗੱਲ ਇਹਨਾਂ ਦੀ ਬਣਦੀ ਨਹੀਂ ਜਾਪਦੀ। ਆ ਜਾਂਦੀ ਹੈ ਮੋੜ ਘਿੜ ਕੇ ਗੱਲ ਰਾਜਸਥਾਨ 'ਤੇ। ਭਾਜਪਾ ਸਮਝਦੀ ਹੈ ਕਿ ਜੇ ਮੱਧ ਪ੍ਰਦੇਸ਼ ਖੁੱਸ ਵੀ ਜਾਵੇ ਤਾਂ ਅਸੀਂ ਰਾਜਸਥਾਨ ਖੋ ਲਈਏ, ਦਾਦੀ ਮੋਈ ਅਤੇ ਪੋਤੀ ਹੋਈ, ਟੱਬਰ ਓਡੇ ਦਾ ਓਡਾ ਅਤੇ ਰਹਿ ਜੂ। ਅੱਗੇ ਇਹਨਾਂ ਨੇ ਜਿਹੜਾ ਹਿਮਾਚਲ ਪ੍ਰਦੇਸ਼ ਗਵਾ ਲਿਆ ਸੀ, ਕਰਨਾਟਕਾ ਵੀ ਗਵਾ ਲਿਆ, ਸੱਟਾਂ ਪਈਆਂ ਨੇ, ਭਾਜਪਾ ਮਹਿਸੂਸ ਕਰਦੀ ਹੈ ਕਿ ਅਸੀਂ ਪਛੇਟ ਰਹੇ, ਸਾਨੂੰ ਮਾਰ ਪੈ ਰਹੀ ਹੈ। ਜੇ ਮੱਧ ਪ੍ਰਦੇਸ਼ ਖੁੱਸ ਗਿਆ, ਰਾਜਸਥਾਨ ਖੋਇਆ ਨਾ ਗਿਆ,
ਤੇ ਫਿਰ ਇਹਨਾਂ ਵਾਸਤੇ ਔਖਾ ਹੋਊਗਾ। ਰਾਜਸਥਾਨ ਦੇ ਹਾਲਾਤ ਪਹਿਲਾਂ ਕਾਂਗਰਸ ਦੇ ਪੱਖ 'ਚ ਬਿਲਕੁਲ ਨਹੀਂ ਸੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਕਾਂਗਰਸ ਦਾ ਸਚਿਨ ਪਾਇਲਟ ਰੋਜ਼ ਦਾ ਹੀ ਇਹਨਾਂ ਦਾ ਕੀਕਣਾ ਦੇ ਟੱਬਰ ਵਾਲਾ ਹਾਲ ਸੀ। ਲੜਾਈ ਆਪੋ ਵਿੱਚ ਲਗਾਤਾਰ ਰਹੀ। ਇਹਨਾਂ ਨੇ ਸਚਿਨ ਪਾਇਲਟ ਨੂੰ ਭਾਜਪਾ ਵਾਲਿਆਂ ਨੇ ਖਿੱਚਣ ਦੀ ਕੋਸ਼ਿਸ਼ ਵੀ ਕੀਤੀ। ਉਹ 23 MLA ਲੈ ਕੇ ਤੇ ਭਾਜਪਾ ਦੀ ਸਰਕਾਰ ਵਾਲੇ ਹਰਿਆਣੇ 'ਚ ਵੀ ਆ ਕੇ ਬੈਠਾ ਰਿਹਾ। ਕਈਆਂ ਦਿਨਾਂ ਬਾਅਦ ਟੁੱਟੇ ਪੁਰਾਣੇ ਖੌਂਸਲੇ ਬਸੰਤੀ ਹੋਰੀ ਘਰ ਨੂੰ ਚਲੇ ਗਏ। ਲੌਟ ਕੇ ਬੁੱਧੂ ਘਰ ਕੇ ਜਾਣ ਵਾਲੀ ਗੱਲ ਹੈਗੀ। ਹੁਣ ਉਹ ਇਸ ਵੇਲੇ ਪਾਰਟੀ ਨਾਲ ਡਟ ਕੇ ਖਲੋਤਾ ਪਿਆ ਕਿ ਨਹੀਂ, ਜੇ ਭਾਜਪਾ ਵੱਲ ਗਏ ਤੇ ਜੋ ਜੋਤੀ ਨਾਲ ਦਿੱਤੇ ਸਿੰਧੀਆ ਨਾਲ ਹੋਇਆ, ਮੇਰੇ ਨਾਲ ਉਦੋਂ ਭੈੜੀ ਹੋ ਸਕਦੀ, ਇਸ ਕਰਕੇ ਉੱਧਰ ਜਾਣ ਨੂੰ ਤਿਆਰ ਨਹੀਂ। ਇੱਧਰ ਭਾਜਪਾ ਦੇ ਵਿੱਚ, ਕਿਉਂਕਿ ਵਸੁੰਧਰਾ ਰਾਜੇ ਕੱਦ ਕੱਢ ਰਹੀ ਸੀ, ਦੋ ਵਾਰੀਆਂ ਦੀ ਮੁੱਖ ਮੰਤਰੀ ਆ, ਜਿੱਦਾਂ ਛੱਤੀਸਗੜ੍ਹ ਦੇ ਵਿੱਚ ਡਾਕਟਰ ਰਮਨ ਸਿੰਘ 3 ਵਾਰੀਆਂ ਦਾ ਮੁੱਖ ਮੰਤਰੀ ਸੀ ਅਤੇ ਉਹਦੀ ਚੌਥੀ ਵਾਰੀ ਬਰਦਾਸ਼ਤ ਨਹੀਂ ਸੀ ਹੁੰਦੀ ਕਿ ਲੀਡਰਸ਼ਿਪ ਦੇ ਸਾਹਮਣੇ ਅੱਖਾਂ ਚੁੱਕੂਗਾ। ਸ਼ਿਵਰਾਜ ਚੌਹਾਨ ਵੀ, ਸ਼ਿਵਰਾਜ ਜਿਹੜਾ ਇੱਥੇ ਹੈਗਾ ਚੌਹਾਨ ਉੱਥੇ ਮੱਧ ਪ੍ਰਦੇਸ਼ 'ਚ, ਉਹ ਵੀ ਲਗਾਤਾਰ 3-4 ਵਾਰ ਬਣਨ ਤੋਂ ਬਾਅਦ ਪਿੱਛੇ ਜੇ ਲੱਗ ਪਿਆ ਸੀ ਅੱਖਾਂ ਜੀਆਂ ਵਿਖਾਉਣ, ਪਰ ਉਹ ਤਾਂ ਇਸ ਵਾਰੀ ਗਿਆ ਹੀ ਗਿਆ, ਉਹ 'ਤੇ ਗੱਲ ਕੋਈ ਨਹੀਂ, ਉਹ 'ਤੇ ਜਿੱਤਣ ਵਾਲੇ ਚਾਂਸ ਕੋਈ ਨਹੀਂ ਜਾਪਦੇ। ਇੱਥੇ ਹੁਣ ਵਸੁੰਧਰਾ ਰਾਜੇ ਦਾ ਜਿਹੜਾ ਕੱਦ ਆ, ਉਹਦੀ ਕਾਂਟ ਛਾਂਟ ਕਰਨ ਵਾਸਤੇ ਭਾਜਪਾ ਲੀਡਰਸ਼ਿਪ ਨੇ ਜੋ ਕੀਤਾ, ਜਦੋਂ ਥੱਲਿਓਂ ਬੜੇ ਜੂਨੀਅਰ ਚੁੱਕ ਕੇ ਅਤੇ ਉਹਦੇ ਸਾਹਮਣੇ ਖੜ੍ਹੇ ਕਰ ਦਿੱਤੇ, ਉਹ ਇਸ ਵੇਲੇ ਇੰਨੀ ਕੁ ਖਿਜੀ ਪਈ ਆ ਕਿ ਲੱਗਦਾ ਇਹ ਆ ਕਿ ਇਹਨਾਂ ਨੂੰ ਭਾਂਡਣੀ ਦੇ ਦੇਵੇਗੀ। ਜ਼ੋਰ ਇਹਨਾਂ ਨੇ ਬਹੁਤ ਲਾਇਆ ਕਿ ਉਸ ਬੀਬੀ ਨੂੰ ਮਨਾ ਲਈਏ, ਪਰ ਉਹ ਬੀਬੀ ਜ਼ਿੱਦੜ ਬਹੁਤ ਆ। ਆਖਿਰਕਾਰ ਉਹ ਵਿਜੇ ਰਾਜੇ ਸਿੰਧੀਆ ਦੀ ਧੀ ਆ। ਵਿਜੇ ਰਾਜੇ ਸਿੰਧੀਆ ਭਾਰਤੀ ਜਨਤਾ ਪਾਰਟੀ ਤੋਂ ਵੀ ਪਹਿਲਾਂ ਜਨਸੰਘ ਦੇ ਦਿਨਾਂ ਤੋਂ ਨਹਿਰੂ ਗਾਂਧੀ ਪਰਿਵਾਰ ਨਾਲ ਟੱਕਰ ਦੇ ਸਵਾਲ ਦੇ ਉੱਤੇ ਲਗਾਤਾਰ ਜਨਸੰਘ 'ਚ ਰਹੀ। ਅਟਲ ਬਿਹਾਰੀ ਵਾਜਪੇਈ, ਲਾਲ ਕ੍ਰਿਸ਼ਨ ਅਡਵਾਨੀ, ਨਾਨਾ ਜੀ ਦੇਸ਼ਮੁਖ, ਸਿਕੰਦਰ ਬਖਤ, ਇਹਨਾਂ ਸਾਰਿਆਂ ਨਾਲ ਹੁੰਦੀ। ਜਦੋਂ ਜਨਤਾ ਪਾਰਟੀ ਤੋੜ ਕੇ ਭਾਰਤੀ ਜਨਤਾ ਪਾਰਟੀ ਬਣਾਈ, ਉਦੋਂ ਵੀ ਸਾਰਿਆਂ ਤੋਂ ਪਹਿਲਾਂ ਜਿਹੜੀ ਉਹ ਟੀਮ ਬਣੀ ਉਹਦੇ 'ਚ ਮੀਤ ਪ੍ਰਧਾਨ ਉਹਨੂੰ ਬਣਾਇਆ ਗਿਆ ਸੀ ਅਤੇ ਪ੍ਰਧਾਨ ਬਣਾਇਆ ਗਿਆ ਸੀ ਅਟਲ ਬਿਹਾਰੀ ਵਾਜਪੇਈ ਸਾਹਿਬ। ਉਹ ਬਾਅਦ ਵਿੱਚ ਵੀ ਅਹੁਦਾ ਆਪ ਉਹਨੇ ਲਿਆ ਕੋਈ ਨਹੀਂ ਸੀ, ਪਾਰਟੀ ਅਹੁਦੇ ਲੈਂਦੀ ਸੀ, ਸਰਕਾਰੀ ਅਹੁਦੇ ਨਹੀਂ, ਪਰ ਜਿਸ ਤਰ੍ਹਾਂ ਸਾਰੀ ਪਾਰਟੀ ਨੂੰ ਕਮਾਂਡ ਕਰਦੀ ਸੀ। ਆਪਣੇ ਪੁੱਤਰ ਨਾਲ ਵੀ ਝਗੜਾ ਹੋ ਗਿਆ ਅਤੇ ਪੋਤਰੀ ਦੇ ਵਿਆਹ ਦੇ ਉੱਤੇ ਉਹਦੇ ਅੱਖ ਨਹੀਂ ਸੀ ਗਈ, ਚੱਲਦੇ ਵਿਆਹ 'ਚ ਜਾ ਕੇ ਸਿੱਧੀ ਕਾਰ ਤੋਂ ਉਤਰੀ, ਪੋਤਰੀ ਦੀ ਝੋਲੀ 'ਚ ਸਗਨ ਪਾ ਕੇ ਪਾਣੀ ਦੀ ਘੁੱਟ ਵੀ ਪੀਤੇ ਬਗੈਰ ਵਾਪਸ ਕਾਰ 'ਤੇ ਬਹਿ ਕੇ ਤਾਂ ਨਿਕਲ ਆਈ ਸੀ। ਇੰਨੀ ਜ਼ਿੱਦੀ ਔਰਤ ਸੀ ਅਤੇ ਇਹ ਉਹਦੀ ਧੀ ਆ। ਇਹ ਦਿੱਲੀ ਦੇ ਵਿੱਚੋਂ ਭਾਜਪਾ ਲੀਡਰ ਜੋ ਮਰਜ਼ੀ ਸਮਝਣ, ਇਹਨਾਂ ਨੇ ਜਿਸ ਤਰ੍ਹਾਂ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ, ਮੇਰਾ ਖਿਆਲ ਹੈ ਕਿ ਰਾਜਸਥਾਨ 'ਚ ਉਹ ਇਹਨਾਂ ਨੂੰ JP ਨੱਡਾ ਸਾਹਿਬ ਜੋ ਮਰਜ਼ੀ ਆਖੀ ਜਾਣ, ਰਾਜਸਥਾਨ ਵਿੱਚ ਵੀ ਇਹਨਾਂ ਵਾਸਤੇ ਕੰਮ ਸੌਖਾ ਨਹੀਂ। ਬਿਲਕੁਲ ਪੰਨ ਸਾਹਿਬ, ਸਮੀਕਰਨ ਚੋਣਾਂ ਦੇ ਇਸ ਵਾਰ ਬਦਲਦੇ ਨਜ਼ਰ ਆ ਰਹੇ ਨੇ। ਅੱਗੇ ਵੱਧਦਿਆਂ ਗੱਲ ਕਰਦੇ ਪੰਜਾਬ ਦੀ ਰਾਜਨੀਤੀ ਦੀ। ਮਨਪ੍ਰੀਤ ਸਿੰਘ ਬਾਦਲ ਮਾਮਲੇ ਦੇ ਵਿੱਚ ਇੱਕ PCS ਅਫਸਰ ਨੇ ਜ਼ਮਾਨਤ ਲਈ ਅਰਜ਼ੀ ਲਗਾਈ ਹੈ। ਪੰਨ ਸਾਹਿਬ, ਇਹ PCS ਅਫਸਰ ਕੌਣ ਹੈ ਅਤੇ ਪਹਿਲੇ ਕਿਉਂ ਅਰਜ਼ੀ ਲਗਾਤੀ? ਮਿਸਟਰ ਸ਼ੇਰਗਿੱਲ ਆ, ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ 2002 ਵਾਲੀ ਸਰਕਾਰ ਬਣੀ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਪਰਸਨ ਰਵਿੰਦਰਪਾਲ ਸਿੰਘ ਸਿੱਧੂ ਉਰਫ ਰਵੀ ਸਿੱਧੂ, ਜਾਂ ਕਹਿ ਲਓ ਮਹਾਂਕਰਪਟ ਸਿੱਧੂ, ਉਹ ਫੜਿਆ ਗਿਆ। ਉਹਦੇ ਫੜੇ ਜਾਣ ਦੇ ਉੱਤੇ ਜਿਹੜੇ ਅਫਸਰਾਂ ਨੂੰ ਝਟਕਾ ਲੱਗਾ ਸੀ, ਇਹ ਉਹਨਾਂ 'ਚੋਂ ਸੀ ਅਦਾਲਤ ਤੋਂ ਬਹਾਲ ਹੋ ਕੇ ਕਹਿੰਦੇ ਆਇਆ ਸੀ, ਮੈਨੂੰ ਇਹ ਤਾਂ ਪੂਰਾ ਤਾਂ ਨਹੀਂ ਯਾਦ, ਮੇਰਾ ਖਿਆਲ ਹੈ ਕਿ ਉਹਨਾਂ 'ਚੋਂ ਇੱਕ ਸੀ। ਉਹਦੇ ਤੋਂ ਬਾਅਦ ਵੀ ਚਰਚਿਆਂ 'ਚ ਰਿਹਾ। ਬਠਿੰਡੇ ਦੇ ਵਿੱਚ ਇਹ ਮਨਪ੍ਰੀਤ ਸਿੰਘ ਬਾਦਲ ਦੇ ਸਭ ਤੋਂ ਨੇੜਿਆਂ 'ਚ ਗਿਣਿਆ ਜਾਂਦਾ ਸੀ। ਇਹ ਉੱਥੋਂ ਦੀ ਮਿਊਂਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਵੀ ਸੀ ਅਤੇ ਜਿਹੜੀ ਬਠਿੰਡਾ ਡਿਵੈਲਪਮੈਂਟ ਅਥਾਰਟੀ BDA ਆ ਉਹਦਾ ਮੁਖੀ ਵੀ ਇਹੋ ਹੁੰਦਾ ਸੀ, ਜਿਹਦੇ ਕੋਲੋਂ ਇੱਕ ਇੰਡਸਟਰੀਅਲ ਪਲਾਟ ਰੈਜੀਡੈਂਸ਼ੀਅਲ ਕਹਿ ਕੇ ਅਲਾਟ ਕਰਵਾ ਲਿਆ ਮਨਪ੍ਰੀਤ ਸਿੰਘ ਬਾਦਲ ਨੇ ਕਿਲੇ ਵਰਗਾ ਘਰ ਬਣਾਉਣ ਵਾਸਤੇ ਕਿ ਆਪਾਂ ਵੀ ਮਹਾਰਾਜਿਆਂ ਵਰਗਾ ਬਣਾਵਾਂਗੇ। ਉਹ ਜਿਹੜੀ ਹੇਰਾਫੇਰੀ ਸਾਰੀ ਹੋਈ ਹੈ ਇਸ ਬੰਦੇ ਦੇ ਨੱਕ ਹੇਠ ਹੋਈ ਹੈ। ਔਰ ਉੱਥੋਂ ਜਿਹੜੀ ਬੀਬੀ ਟਰਾਂਸਫਰ ਹੋ ਚੁੱਕੀ ਸੀ ਕਿੰਨਾ ਚਿਰ ਪਹਿਲਾਂ, ਉਹਦੇ ਡਿਜੀਟਲ ਸਿਗਨੇਚਰ ਵਰਤੇ ਗਏ। ਉਹ ਡਿਜੀਟਲ ਸਿਗਨੇਚਰ ਵਰਤਣ ਦਾ ਕੰਮ, ਜਿਹੜੀ ਫਾਈਲ ਆ ਉਹਨੂੰ ਅਪਰੂਵਲ ਤਾਂ ਇਸੇ ਨੇ ਦਿੱਤੀ ਹੈ, ਗੱਲ ਤਾਂ ਸਾਰੀ ਇਹਦੇ 'ਤੇ ਆਉਣੀ ਆ। ਉਹ ਵੀ ਉਹ ਬੀਬੀ ਜਦੋਂ ਉੱਥੋਂ ਟਰਾਂਸਫਰ ਹੋ ਚੁੱਕੀ ਹੈ ਅਤੇ ਉਹਦੇ ਡਿਜੀਟਲ ਸਿਗਨੇਚਰ ਵਰਤੇ ਕਿਉਂ? ਇਹ ਸਾਰਾ ਕੁਛ ਜੋ ਹੋਇਆ ਉਦੋਂ ਇਹ ਸਮਝਦੇ ਸੀ ਕਿ ਮਨਪ੍ਰੀਤ ਸਿੰਘ ਬਾਦਲ ਸਾਡੇ ਸਿਰ 'ਤੇ ਆ, ਉਹਦੇ ਹੁੰਦਿਆਂ ਸਾਡੀ ਕੋਈ ਵਾਹ ਵੱਲ ਨਹੀਂ ਵੇਖ ਸਕਦਾ, ਸਾਡੀ ਚਾਰੇ ਚੱਕ ਜਗੀਰ ਆ, ਪੰਜੇ ਉਂਗਲਾਂ ਘਿਓ 'ਚ ਆ, ਕਿਸੇ ਮਾਈ ਦੇ ਲਾਲ ਦੀ ਜ਼ਰੂਰਤ ਨਹੀਂ ਕਿ ਸਾਨੂੰ ਟੋਕ ਸਕੇ, ਸਾਡਾ ਰਸਤਾ ਕੱਟ ਸਕੇ। ਹਾਲਾਤ ਬਦਲ ਗਏ। ਅਸੀਂ ਇਹ ਗੱਲ ਸੁਣੀ ਹੋਈ ਆ ਕਿ ਜਦੋਂ ਸੇਕ ਲੱਗੇ ਤੇ ਕੁਕੜੀ ਚੂਚਿਆਂ ਨੂੰ ਵੀ ਪੈਰਾਂ ਥੱਲੇ ਲੈ ਲੈਂਦੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਹੁਣ ਜ਼ਮਾਨਤ ਦੀ ਅਰਜ਼ੀ ਲਾਈ ਆ ਅਤੇ ਉਦੋਂ ਤੱਕ ਸਾਰਾ ਕੁਝ ਜ਼ਾਹਰ ਹੋ ਗਿਆ ਕਿ ਫਾਈਲ ਦੇ ਵਿੱਚ ਬੋਲੀ ਵੀ ਝੂਠੀ ਦਿੱਤੀ ਗਈ। ਇਹ ਵੀ ਜ਼ਾਹਰ ਹੋ ਗਿਆ ਕਿ ਬੋਲੀ ਦੇਣ ਵਾਲੇ 3 ਜਣੇ ਇੱਕੋ ਥਾਂ ਤੋਂ ਖਲੋ ਕੇ ਬੋਲੀ ਦਿੰਦੇ ਰਹੇ ਅਤੇ ਸਾਰਾ ਡਰਾਮਾ ਹੋ ਗਿਆ। ਇਹ ਵੀ ਜ਼ਾਹਰ ਹੋ ਗਿਆ ਕਿ ਫਾਈਲ ਜਿਹੜੀ ਸੀ ਗਲਤ ਤਰੀਕੇ ਨਾਲ ਹੈਂਡਲ ਕੀਤੀ ਗਈ।
ਇਹ ਵੀ ਜ਼ਾਹਰ ਹੋ ਗਿਆ ਕਿ ਜਿਹੜੀ ਬੀਬੀ ਟਰਾਂਸਫਰ ਹੋਈ ਨੂੰ ਕਿੰਨਾ ਚਿਰ ਹੋ ਗਿਆ, ਉਹਦੇ ਡਿਜੀਟਲ ਸਿਗਨੇਚਰ ਵਰਤੇ ਗਏ ਆ, ਸਾਰੀਆਂ ਗੱਲਾਂ 'ਚ ਫਸਦੇ ਪਏ ਸੀ, ਅਤੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਦੇ ਵਿੱਚ ਇੱਕੋ ਹੀ ਦਲੀਲ ਲਿਆਤੀ। ਉਹ ਕਹਿੰਦਾ ਜੀ ਜੇ ਗਲਤ ਕੀਤਾ ਤਾਂ ਵੀ ਠੀਕ ਕੀਤਾ, ਤਾਂ ਵੀ ਜੋ ਕੁਝ ਕੀਤਾ ਅਫਸਰਾਂ ਕੀਤਾ, ਮੈਂ ਤਾਂ ਨਹੀਂ ਕੁਛ ਕੀਤਾ, ਅਤੇ ਅਫਸਰਾਂ ਕਿਹੜਿਆਂ ਕੀਤਾ, ਇਸੇ ਚਿਰਗਿੱਲ ਦੇ ਉੱਤੇ ਪੈ ਗਿਆ ਸਾਰਾ ਬੋਝ। ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਕੰਮ ਕਢਾਇਆ, ਇਸ ਬੰਦੇ ਨੂੰ ਵਰਤਿਆ, ਐਮ ਹੱਥ ਪੂੰਜ ਕੇ ਅਤੇ ਡਸਟਬਿਨ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਆ, ਇਹਨੂੰ ਟਿਸ਼ੂ ਪੇਪਰ ਤੋਂ ਵੱਧ ਨਹੀਂ ਸਮਝਿਆ, ਸਾਰਾ ਕੁਝ ਇਹ ਤੋਂ ਕਰਵਾ ਕੇ ਅਤੇ ਆਪ ਉਹ ਪਾਸੇ ਨਿਕਲਦਾ, ਇਹਦੇ ਉੱਤੇ ਬੋਝ ਪਾ ਰਿਹਾ। ਉੱਥੇ ਤਾਂ ਹਾਲਤ ਇਹ ਆ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਉਹਦੇ ਨਾਲ ਦੇ ਦੋ ਤਿੰਨ ਜਣਿਆਂ, ਇੱਕ ਗਨਮੈਨ ਦਾ ਵੀ ਥਾਂ ਥਾਂ 'ਤੇ ਜ਼ਿਕਰ ਆਉਂਦਾ ਜੀ। ਇਹ ਤੁਸੀਂ ਕਮਾਲ ਦੀ ਗੱਲ ਵੇਖੋ ਕਿ ਬਠਿੰਡਾ ਇੰਨੀ ਤਰੱਕੀ ਕਰ ਗਿਆ ਕਿ ਪੰਜਾਬ ਪੁਲਿਸ ਦਾ ਆਈ ਜੀ ਅਤੇ ਐਡੀਸ਼ਨਲ ਡੀ ਜੀ ਪੀ ਇੱਕ ਸਿਪਾਹੀ ਨੂੰ ਸਲੂਟ ਮਾਰਨ ਜਾਂਦੇ, ਔਰ ਸਿਪਾਹੀ ਜਿਹੜਾ ਉਹ ਵਾਈਟ ਹਾਊਸ 'ਚ ਰਹਿੰਦਾ, ਵਾਈਟ ਹਾਊਸ, ਸਿਪਾਹੀ ਦਾ ਵਾਈਟ ਹਾਊਸ, ਔਰ ਏਡੀ ਵੱਡੀ ਬਿਲਡਿੰਗ ਹੈ ਜਿਹੜੀ ਉਹਦੀਆਂ ਤਿੰਨ ਪੀੜ੍ਹੀਆਂ ਰਲ ਕੇ ਨਹੀਂ ਸੀ ਬਣਾ ਸਕਦੀਆਂ, ਸਾਰਾ ਹੀ ਵਾਈਟ ਮਾਰਬਲ ਹੈ, ਔਰ ਸਾਰਾ ਬਠਿੰਡਾ ਨੂੰ ਵਾਈਟ ਹਾਊਸ ਕਹਿੰਦਾ। ਇਹ ਜਿਹੜਾ ਚੱਕਰ ਚੱਲਦਾ ਪਿਆ, ਇਹਦੇ ਤੋਂ ਪਹਿਲਾਂ ਵੀ ਉੱਥੇ ਇਹੋ ਜਿਹੇ ਦਿਨ ਹੈਗੇ ਸੀ ਜਿੱਥੇ ਇੱਕ ਹਵਾਲਦਾਰ ਦੇ ਘਰ ਐਸ ਐਸ ਪੀ ਅਤੇ ਆਈ ਜੀ ਜਾਂਦੇ ਹੁੰਦੇ ਸੀ ਇਸ ਗੱਲ ਵਾਸਤੇ ਕਿ ਸਾਡੀ ਟਰਾਂਸਫਰ ਕਰਾ ਦਿਓ। ਰਾਜ ਬਦਲ ਗਿਆ ਅਤੇ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ ਵਾਈਟ ਹਾਊਸ ਵਾਲੇ ਇਹ ਸਿਪਾਹੀ ਜਿਹੜਾ ਸੀ ਇਹਦੀ ਇੰਨੀ ਟੌਹਰ ਬਣ ਗਈ ਕਿ ਇਹਦੇ ਘਰ ਆਈ ਜੀ ਜਾਣ ਲੱਗ ਪਏ ਸਲੂਟ ਮਾਰਨ ਵਾਸਤੇ। ਇਹ ਸਾਰਾ ਕੁਝ ਜੋ ਬਠਿੰਡੇ 'ਚ ਹੁੰਦਾ ਰਿਹਾ, ਹੁਣ ਤਾਂ ਗੰਢੇ ਦੀਆਂ ਛਿੱਲਾਂ ਲੱਥਣ ਡੀਆਂ, ਕੀ ਪਤਾ ਕਿੱਥੋਂ ਤੱਕ ਲੱਥਣੀਆਂ ਨੇ। ਇਹਨੇ ਜ਼ਮਾਨਤ ਦੀ ਅਰਜ਼ੀ ਦਿੱਤੀ ਆ, ਭਲਕੇ ਸੁਣਵਾਈ ਹੋਣੀ ਹੈ, ਵੇਖੋ ਅਦਾਲਤ ਕੀ ਕਰਦੀ ਹੈ, ਪਰ ਕੰਮ ਇਹਦੇ ਲਈ ਇੰਨਾ ਸੌਖਾ ਨਹੀਂ ਕਿ ਜ਼ਮਾਨਤ ਕਰਾ ਕੇ ਫਟਾਫਟ ਨਿਕਲਾਊਗਾ ਜੀ। ਪਰ ਸਰ ਲੱਦਾਖ ਅਤੇ ਕਾਰਗਿਲ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਕੌਂਸਲਿੰਗ ਚੋਣਾਂ ਦੇ ਵਿੱਚ ਨੈਸ਼ਨਲ ਕਾਨਫਰੰਸ ਦੀ ਪਾਰਟੀ 12 ਸੀਟਾਂ ਜਿੱਤੀ ਹੈ, ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਇਹ ਕਿਹੜੀਆਂ ਚੋਣਾਂ ਸੀਗੀਆਂ ਜੀ? ਦੇਖੋ, ਜੰਮੂ ਕਸ਼ਮੀਰ ਸਟੇਟ ਹੁੰਦੀ ਸੀ, ਉਸ ਸਰਕਾਰ ਨੂੰ ਤੋੜ ਦਿੱਤਾ ਗਿਆ। ਜਦੋਂ ਇਹਨਾਂ ਨੇ ਤੋੜ ਦਿੱਤਾ, ਕੇਂਦਰ ਸਰਕਾਰ ਨੇ ਆਪਣੇ ਬਹੁਤ ਸੰਮਤੀ ਦੇ ਆਸਰੇ ਨਾਲ ਜੰਮੂ ਕਸ਼ਮੀਰ ਦੇ ਹਾਲਾਤ ਵਿਗੜੇ, ਇਕੱਲਾ ਤੋੜਿਆ ਨਹੀਂ, ਨਾਲ ਮਤਲਬ ਉਹ 'ਚ ਧਾਰਾ 370 ਤੋੜਨ ਲੱਗੇ ਸੀ, ਧਾਰਾ 370 ਤੋੜਨ ਦੇ ਨਾਲ ਉਹ ਰਾਜ ਵੀ ਤੋੜ ਕੇ ਦੋ ਹਿੱਸੇ ਕਰਦੇ, ਉਹਦੇ 'ਚੋਂ ਲੱਦਾਖ ਵੱਖਰਾ ਕੱਢ ਦਿੱਤਾ ਗਿਆ। ਅਗਲੀ ਗੱਲ ਇਹ ਕਿ ਜਿਹੜਾ ਬਾਕੀ ਬਚ ਗਿਆ ਜੰਮੂ ਕਸ਼ਮੀਰ ਸੀ, ਉਹਨੂੰ ਸਟੇਟ ਵੀ ਰਹਿਣ ਦਿੱਤਾ, ਯੂਨੀਅਨ ਟੈਰੀਟੋਰੀ ਬਣਾ ਦਿੱਤਾ ਜੀ। ਚਲੋ ਉਹਦੀ ਗੱਲ ਵੱਖਰੀ ਛੱਡ ਦਿਓ, ਜਿਹੜਾ ਲੱਦਾਖ ਵੱਖਰਾ ਬਣਿਆ ਸੀ, ਇਹਦੀਆਂ ਦੋ ਹਿੱਲ ਕੌਂਸਲਾਂ ਨੇ, ਇੱਕ ਲੇਹ ਵਾਲੀ ਹਿੱਲ ਕੌਂਸਲ ਆ, ਇੱਕ ਕਾਰਗਿਲ ਵਾਲੀ ਆ। ਜਿਹੜੀ ਕਾਰਗਿਲ ਵਾਲੀ ਹਿੱਲ ਕੌਂਸਲ ਆ, ਉਦੋਂ ਦੇ ਧਾਰਾ 370 ਤੋੜਨ ਤੋਂ ਬਾਅਦ ਅੱਜ ਤੱਕ ਜੰਮੂ ਕਸ਼ਮੀਰ ਵਿੱਚ ਕਿਸੇ ਕਿਸਮ ਦੀ ਕੋਈ ਚੋਣ ਹੋਈ ਨਹੀਂ। ਆ ਪੰਚਾਇਤਾਂ ਹਿੰਸਾ ਮਾੜੀਆਂ ਮੋਟੀਆਂ ਹੋਈਆਂ, ਉਹ ਪਤਾ ਹੀ ਆ ਕਿ ਸਰਕਾਰੀ ਦਬਾਅ ਨਾਲ ਜਿੱਦਾਂ ਦੀਆਂ ਹੋਈਆਂ, ਬਾਕੀਆਂ ਦੇ ਪੈਰ ਨਹੀਂ ਸੀ ਲੱਗਣ ਦਿੱਤੇ। ਹੁਣ ਜਦੋਂ ਕਾਰਗਿਲ ਦੀ ਹਿੱਲ ਕੌਂਸਲ ਦੀ ਚੋਣ ਹੋਣੀ ਸੀ, ਅਤੇ ਉੱਥੇ ਚੋਣ ਅਧਿਕਾਰੀਆਂ ਨੇ ਨੈਸ਼ਨਲ ਕਾਨਫਰੰਸ ਜਿਹੜੀ ਪਾਰਟੀ ਆ, ਫਾਰੂਕ ਅਬਦੁੱਲੇ ਅਤੇ ਉਮਰ ਅਬਦੁੱਲੇ ਪਿਓਪਤਦੀ, ਉਹਨਾਂ ਨੂੰ ਚੋਣ ਨਿਸ਼ਾਨ ਉਹਨਾਂ ਦਾ ਦੇਣ ਤੋਂ ਨਾ ਕਰਤੇ। ਇਹ ਮਸਲਾ ਸੁਪਰੀਮ ਕੋਰਟ ਤੱਕ ਚਲਾ ਗਿਆ। ਕਿਹੜੀ ਗੱਲ ਤੋਂ? ਕਹਿੰਦੇ ਜੀ ਤੁਹਾਡੀ ਪਾਰਟੀ ਰੈਕਗਨਾਈਜ਼ਡ ਹੈ, ਪਰ ਜੰਮੂ ਕਸ਼ਮੀਰ ਵਾਸਤੇ ਇਹ ਸਟੇਟ ਵੱਖਰੀ ਆ, ਲੱਦਾਖ ਇੱਥੇ ਨਹੀਂ। ਫਿਰ ਉੱਪਰ ਤੱਕ ਜਾ ਕੇ ਗੱਲ ਹੋਈ ਕਿ ਜਦੋਂ ਉਹਦੇ ਵਿੱਚੋਂ ਟੁੱਟ ਕੇ ਬਣੇ ਆ, ਜੇ ਲੋਕ ਇਹਨਾਂ ਨੂੰ ਪ੍ਰਵਾਨ ਨਾ ਕਰਨਗੇ ਤਾਂ ਅਗਲੇ ਸਾਲ ਇਹਨਾਂ ਦੀ ਇੱਥੇ ਰੈਕਗਨੀਸ਼ਨ ਖਤਮ ਹੋ ਜਾਏਗੀ। ਹਾਲ ਦੀ ਘੜੀ ਉਹਦੇ 'ਚੋਂ ਨਿਕਲੀ ਪਾਰਟੀ ਆ, ਇਸ ਕਰਕੇ ਇੱਥੇ ਚੋਣ ਨਿਸ਼ਾਨ ਮਿਲਣਾ। ਉਹ ਜਿਹੜਾ ਕਹਿੰਦੇ ਨੇ ਤੱਤਿਆਂ ਪਾਣੀਆਂ ਨਾਲ ਘਰ ਨਹੀਂ ਫੂਕੇ ਜਾਂਦੇ, ਉਹਨਾਂ ਦਾ ਘਰ ਤੱਤੇ ਪਾਣੀ ਨਾਲ ਫੂਕਣ ਦੀ ਕੋਸ਼ਿਸ਼ ਕੀਤੀ ਸੀ, ਉਹ ਗੱਲ ਬਣੀ ਨਹੀਂ, ਚੋਣ ਨਿਸ਼ਾਨ ਉਹਨਾਂ ਨੂੰ ਫਿਰ ਮਿਲ ਗਿਆ। ਹੁਣ ਕਾਰਗਿਲ ਹਿੱਲ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿਹੜੇ 26 ਮੈਂਬਰਾਂ ਦੀ ਕੌਂਸਲ ਆ, ਉਹਦੇ 'ਚੋਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਰਟੀ ਇਹ ਰਲਾ ਕੇ ਲੈ ਗਈਆਂ ਨੇ 22 ਸੀਟਾਂ। ਦੋ ਸੀਟਾਂ ਕੁੱਲ ਸਿਰਫ ਦੋ ਉਸ ਭਾਜਪਾ ਨੂੰ ਆਈਆਂ ਜਿਹਦਾ ਉੱਥੇ ਚੁਣੀ ਹੋਈ ਸਰਕਾਰ ਨਾ ਹੋਣ ਕਰਕੇ ਅਫਸਰਾਂ ਦੇ ਰਾਹੀਂ ਬੋਲਬਾਲਾ, ਹਰ ਗੱਲ ਇਹਨਾਂ ਦੀ ਮਰਜ਼ੀ ਮੁਤਾਬਕ ਚੱਲਦੀ ਹੈ ਔਰ ਦਿੱਲੀ ਤੋਂ ਫੈਸਲਾ ਕਰਕੇ ਚੱਲਦੀ ਹੈ। ਦੋ ਉੱਥੇ ਆਜ਼ਾਦ ਜਿੱਤ ਗਏ ਨੇ, ਯਾਨੀ ਭਾਜਪਾ ਉੱਥੇ ਪਾਣੀਓ ਪਤਲੀ ਹੋ ਗਈ ਹੈ, ਜਿਹੜੀ ਇਹ ਸਮਝਦੀ ਸੀ ਕਿ ਅਸੀਂ ਜਿੱਤੇ ਹੀ ਪਏ। ਇਹਦੇ ਤੋਂ ਪਹਿਲਾਂ 2019 ਦੇ ਵਿੱਚ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਹਾਂ, ਉੱਥੋਂ ਪਾਰਲੀਮੈਂਟ ਮੈਂਬਰ ਲੋਕ ਸਭਾ ਵਾਸਤੇ ਜਿਹੜਾ ਚੁਣਿਆ ਗਿਆ ਸੀ ਉਹ ਭਾਜਪਾ ਦਾ ਸੀ, ਅਤੇ ਅੱਜ ਇਹਨਾਂ ਦੀ ਹਾਲਤ ਇਹ ਆ ਕਿ ਕਾਰਗਿਲ ਦੀਆਂ ਚੋਣਾਂ ਦੇ ਵਿੱਚ ਮਤਲਬ 26 'ਚੋਂ ਸਿਰਫ ਦੋ ਸੀਟਾਂ ਉਹਨਾਂ ਨੂੰ ਮਿਲਦੀਆਂ ਪਈਆਂ ਨੇ। ਇਹ ਗੱਲ ਦੱਸਦੀ ਹੈ ਕਿ ਕਾਰਗਿਲ ਜਾਂ ਹੁਣ ਜੇ ਕੱਲ੍ਹ ਨੂੰ ਜੰਮੂ ਕਸ਼ਮੀਰ 'ਚ ਵੀ ਇਹ ਵੋਟਾਂ ਪਾਉਣ, ਅਤੇ ਅਜੇ ਤੱਕ ਚੋਣ ਕਰਵਾਈ ਸ਼ਾਇਦ ਇਸ ਕਰਕੇ ਨਹੀਂ ਜਾ ਰਹੀ ਕਿ ਹਾਲਾਤ, ਅਮਨ ਕਾਨੂੰਨ ਦੀ ਹਾਲਤ ਜਿੰਨੀ ਕੁ ਚੰਗੀ ਹੈ ਜਿੰਨੀ ਕੁ ਮਾੜੀ ਹੈ ਸਾਰੇ ਲੋਕਾਂ ਨੂੰ ਪਤਾ ਜੀ, ਮੈਂ ਉਹਦੀ ਚਰਚਾ ਨਹੀਂ ਕਰਨੀ ਚਾਹੁੰਦਾ। ਉਹਦੇ ਵਿੱਚ ਅਪਸ ਐਂਡ ਡਾਊਨਸ ਕਈ ਵਾਰ ਆਏ, ਕਦੇ ਉਤਾਰ ਚੜਾਅ ਆਉਂਦੇ ਜਾਂਦੇ ਰਹੇ, ਕਦੇ ਉੱਥੇ ਇੱਦਾਂ ਲੱਗਦਾ ਹੁੰਦਾ ਕਿ ਟੁੱਟ ਕੇ ਭਾਰਤ ਤੋਂ ਖੋ ਕੇ ਅਗਲਿਆਂ ਲੈ ਜਾਣਾ,
कदे लगता हों कि सब कुछ शांत हो गया तो हम उ चिड़ी नहीं फटकती, फिर एकदम भबाका पै जाता हों, वह गल अपनी थां ते वक्री है। वड्डा सवाल यह है कि उस राज दे विच अजे तक कदे कोई चोण उस धारा 370 तोड़न तो बाद ओह जी नहीं हुई जिन्हों असी बहुत विशेष गिणी है विधानसभा की ज पार्लीमेंट की ज फर्ज करो श्रीनगर वर्गे जेडे वे शहर है उन्होंने को हुई हो तो अजे तक मतलब लोगों वांझे रखा गया। इन्हों तो वक्रे किते लद्दाख जिहड़ा यूनियन टेरीटोरी है उहदे चो बहुत इंपॉर्टेंट गिनी जाती कारगिल कौंसल जिहड़ी है भी बिल्कुल कंट्रोल रेखा के उत्ते है और जिहड़ी जंग लड़ी गई सी उहनूं जंग नूं भी कारगिल जंग इस करके कहिंदे सी क्योंकि वह इस इलाके च लड़ी गई सी पाकिस्तान नाल 1999 च। उहदा करके हुण जिहड़ी इस कौंसल की चोण दे विच भाजपा का हारना ਇਹ ਆਪਣੇ ਆਪ ਦੇ ਵਿੱਚ ਭਾਜਪਾ ਵਾਸਤੇ ਬਹੁਤ ਵੱਡੀ ਸੱਟ। ਹਾਰਨਾ ਕਾਹਦਾ, ਬਿਲਕੁਲ ਰਗੜਾ ਹੀ ਨਿਕਲ ਜਾਣ ਵਾਲੀ ਗੱਲ ਆ ਕਿ 26 ਚੋਂ ਸਿਰਫ 2 ਸੀਟਾਂ ਮਿਲਣ, ਇਹ ਜਿਹੜੀ ਭੈੜੀ ਹਾਲਤ ਹੋਈ ਆ ਇਹ ਤੋਂ ਬਾਅਦ ਭਾਜਪਾ ਦੀ ਲੀਡਰਸ਼ਿਪ ਨੂੰ ਥੋੜ੍ਹਾ ਬਹੁਤ ਸੋਚਣਾ ਪਵੇਗਾ। ਅਗਲੀ ਕੋਈ ਚੋਣ ਇਹਨਾਂ ਨੇ ਉਰਲੇ ਪਾਸੇ ਲੱਦਾਖ ਦੇ ਵਿੱਚ ਲੇਹ ਕੌਂਸਲ ਦੀ ਕਰਾਉਣੀ ਆ ਕਿ ਨਹੀਂ ਕਰਾਉਣੀ, ਅਗਲੀਆਂ ਵਿਧਾਨ ਸਭਾ ਚੋਣਾਂ ਦਾ ਇਹਨਾਂ ਨੇ ਕੋਈ ਸੰਕਟ ਇਹ ਕੋਈ ਰਿਸਕ ਲੈਣਾ ਜੰਮੂ ਕਸ਼ਮੀਰ 'ਚ ਕਿ ਨਹੀਂ ਲੈਣਾ। ਅਗਲੇ ਸਾਲ ਪਾਰਲੀਮੈਂਟ ਚੋਣਾਂ ਆ ਰਹੀਆਂ ਜਦੋਂ ਸਾਰੇ ਦੇਸ਼ ਵਿੱਚ ਹੋਣਗੀਆਂ, ਅੱਗੇ ਵੀ ਇੱਕ ਦੋ ਮੌਕੇ ਆਏ ਜਦੋਂ ਕੁਛ ਰਾਜਾਂ ਨੂੰ ਪਾਰਲੀਮੈਂਟ ਚੋਣਾਂ 'ਚ ਛੱਡ ਦਿੱਤਾ ਜਾਂਦਾ, ਉੱਥੇ ਹਾਲਾਤ ਖਰਾਬ ਨੇ। ਇੱਥੇ ਇਸ ਵਾਰੀ ਕਰਾਉਣੀਆਂ ਕਿ ਨਹੀਂ ਕਰਾਉਣੀਆਂ, ਆਹ ਕਾਰਗਿਲ ਦੀ ਕੌਂਸਲ ਦੀ ਚੋਣ ਤੋਂ ਬਾਅਦ ਭਾਜਪਾ ਨੂੰ ਇਹਦੇ ਬਾਰੇ ਵੀ 10 ਵਾਰ ਸੋਚਣਾ ਪਏਗਾ। ਬਿਲਕੁਲ ਪੰਸਰ, ਗੱਲ ਇਜ਼ਰਾਈਲ ਦੀ ਵੀ ਕਰਨੀ ਹੈ ਕਿਉਂਕਿ ਹਮਾਸ ਦੇ ਨਾਲ ਜੋ ਲੜਾਈ ਚੱਲਦੀ ਪਈ ਅੱਗੇ ਵੱਲ ਵੱਧਦੀ ਦਿਖਾਈ ਦੇ ਰਹੀ ਹੈ। ਰੂਸ ਤੇ ਯੂਕਰੇਨ ਦਾ ਕੰਮ ਅਜੇ ਖਤਮ ਨਹੀਂ ਹੋਇਆ ਸੀ ਤੇ ਇੱਕ ਹੋਰ ਲੜਾਈ ਨੇ ਵਿਸ਼ਵ ਦੀ ਅਰਥ ਵਿਵਸਥਾ ਤੇ ਵੀ ਅਸਰ ਪਾਉਣਾ, ਪਰ ਤੁਸੀਂ ਕਿਵੇਂ ਦੇਖਦੇ ਜੀ ਕਿੱਥੇ ਤੱਕ ਗੱਲ ਜਾ ਸਕਦੀ ਹੈ? ਜਿਹੜੀ ਸੰਸਾਰ ਦੀ ਆਰਥਿਕਤਾ ਉਹਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਜੀ। ਤੇਲ ਦੀਆਂ ਕੀਮਤਾਂ ਤਾਂ ਲੱਗੀਆਂ ਨੇ ਚੜ੍ਹਨ, ਬਿਲਕੁਲ ਜੀ, ਉਹ ਤਾਂ ਸ਼ੁਰੂ ਹੋ ਗਿਆ ਕੰਮ। ਸੋਨੇ ਦੇ ਭਾਅ ਚੜ੍ਹਨ ਲੱਗ ਪਏ ਨੇ, ਚਾਂਦੀ ਦੇ ਚੜ੍ਹਨ ਲੱਗ ਪਏ ਨੇ, ਰੁਪਈਏ ਦੀਆਂ ਕੀਮਤਾਂ, ਇੱਥੇ ਤੱਕ ਡਾਲਰ ਨੂੰ ਵੀ ਝਟਕਾ ਲੱਗਾ। ਸਟਾਕ ਐਕਸਚੇਂਜਾਂ ਦੇ ਵਿੱਚ ਵੀ ਝਟਕੇ ਮਹਿਸੂਸ ਕੀਤੇ ਜਾ ਸਕਦੇ ਆ। ਕਿਸੇ ਵਕਤ ਵੀ ਕੋਈ ਸਟਾਕ ਐਕਸਚੇਂਜ ਕਰੈਸ਼ ਵੀ ਕਰ ਸਕਦੀ ਹੈ, ਐ ਡਿੱਗ ਸਕਦੀ ਇਕਦਮ। ਉਹਦੇ ਬਾਰੇ ਤੇ ਚਿੰਤਾ ਵੱਖਰੀ ਚੀਜ਼ ਆ। ਦੂਜੀ ਗੱਲ ਇਹ ਆ ਕਿ ਉੱਥੇ ਲੋਕ ਮਰ ਰਹੇ ਆ। ਹੁਣ ਤੱਕ ਕਹਿੰਦੇ ਆ ਕਿ 12-1400 ਲੋਕ, ਸ਼ਾਇਦ 1500 ਦੇ ਲਾਗੇ, ਕੁਝ ਅੰਦਾਜ਼ੇ 1500 ਤੋਂ ਵੀ ਵੱਧਦੇ ਆ ਇਸਰਾਇਲ ਦੇ ਮਰੇ ਆ, ਤੇ 400-500 ਲੋਕ ਹਮਾਸ ਵਾਲਿਆਂ ਦੇ ਫਲਸਤੀਨ 'ਚ ਮਰੇ ਆ। ਬੰਦਾ ਤਾਂ ਇੱਕ ਵੀ ਮਰਿਆ ਹੋਵੇ, ਅਸੀਂ ਉਹਨਾਂ ਪਿੰਡਾਂ 'ਚੋਂ ਆਏ ਹਾਂ ਜਿੱਥੇ ਕਹਿੰਦੇ ਹੁੰਦੇ ਸੀ ਪਿੰਡ 'ਚ ਇੱਕ ਵੀ ਕਤਲ ਹੋ ਜਾਏ ਤੇ ਨਾਲ ਦੇ 5 ਪਿੰਡਾਂ 'ਚ ਕੋਈ ਰਾਤ ਨੂੰ ਚੁੱਲ੍ਹਾ ਨਹੀਂ ਸੀ ਬਾਲਦਾ, ਕਿਸੇ ਦਾ ਰੋਟੀ ਖਾਣ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ। ਤੇ ਜਿੱਥੇ ਇੰਨੇ ਲੋਕ ਮਰਦੇ ਪਏ ਆ ਉਹਦੇ ਬਾਕੀ ਦੁਨੀਆਂ ਸਾਰੀ ਨੂੰ ਦਰਦ ਮਹਿਸੂਸ ਕਰਨਾ ਚਾਹੀਦਾ। ਅੱਗੇ ਤਾਂ 1.5 ਸਾਲ ਤੋਂ ਵੱਧ ਹੋ ਗਿਆ ਯੂਕਰੇਨ ਦੀ ਤੇ ਰੂਸ ਦੀ ਜੰਗ ਚੱਲਦੀ ਪਈ ਆ, 2.5 ਸਾਲ ਹੋ ਚੱਲੇ ਆ। ਹੁਣ ਇੱਕ ਨਵਾਂ ਫਰੰਟ ਖੁੱਲ੍ਹ ਜਾਵੇ, ਇਹ ਕਿੰਨੇ ਕੁ ਫਰੰਟ ਖੁੱਲ੍ਹਣੇ ਆ। ਅਗਲੀ ਗੱਲ ਇਹ ਆ ਕਿ ਇਹ ਲੜਾਈ ਹੁਣ ਇਕੱਲੇ ਇਸਰਾਇਲ ਤੱਕ ਤੇ ਫਲਸਤੀਨ ਤੱਕ ਸੀਮਿਤ ਨਹੀਂ ਰਹੀ, ਇਹ ਥਾਂ ਥਾਂ ਭੜਕਦੀ ਪਈ ਆ। ਅਮਰੀਕਾ ਦੇ ਵਿੱਚ ਰਾਤੀ ਜਦੋਂ ਅਸੀਂ ਸੁੱਤੇ ਸਾਂ ਤੇ ਅਮਰੀਕਾ ਦਾ ਦਿਨ ਸੀ, ਉੱਥੇ ਇਸਰਾਇਲ ਪੱਖੀ ਤੇ ਹਮਾਸ ਪੱਖੀ ਦੋਵੇਂ ਤਰ੍ਹਾਂ ਦੇ ਲੋਕ ਆਪੋ 'ਚ ਕਈਆਂ ਥਾਵਾਂ 'ਤੇ ਭਿੜੇ ਆ। ਉਹ ਡਾਂਗ ਸੋਟਾ ਵੀ ਚੰਗਾ ਚੱਲਿਆ, ਅਤੇ ਜਿਹੜੇ ਅਮਰੀਕਾ ਦੇ ਵਿੱਚ ਸਿਟੀਜ਼ਨ ਬਣ ਚੁੱਕੇ ਜਾਂ ਸ਼ਰਨਾਰਥੀ ਸਟੇਟਸ ਵਾਲੇ ਫਲਸਤੀਨੀ ਆ, ਉਹ ਕਹਿੰਦੇ ਜੀ ਅਸੀਂ ਇੱਥੋਂ ਨਿਕਲ ਕੇ ਵਾਪਸ ਜਾਣਾ, ਆਪਣੇ ਦੇਸ਼ ਵਿੱਚ ਲੜਨ ਵਾਸਤੇ ਜਾਣਾ। ਇੱਥੋਂ ਤੱਕ ਉਹ ਵੀ ਤਿਆਰੀਆਂ ਕਰਦੇ ਪਏ ਆ। ਅੱਡ ਅੱਡ ਦੇਸ਼ਾਂ ਦੇ ਵਿੱਚੋਂ ਵੀ ਸਿਵਾਏ UAE ਤੋਂ, ਜਿਹਨੂੰ ਸੰਯੁਕਤ ਅਰਬ ਅਮੀਰਾਤ ਕਹਿ ਦਿੰਦੇ ਆ, ਉਹਦੇ ਤੋਂ ਬਾਕੀ ਸਾਰੇ ਦੇਸ਼ ਜਿਹੜੇ ਆ, ਜਿਹੜੇ ਅਮਰੀਕਾ ਨਾਲ ਚੰਗੇ ਸੰਬੰਧਾਂ ਵਾਲੇ ਦੇਸ਼ ਵੀ ਆ, ਤੁਰਕੀ ਹੋ ਗਿਆ, ਉਹ ਤਾਂ ਇੰਨਾ ਚੰਗੇ ਸੰਬੰਧਾਂ 'ਚ ਨਾ ਗਿਣੋ, ਸਾਊਦੀ ਅਰਬ ਦੇ ਤਾਂ ਬਹੁਤ ਚੰਗੇ ਸੰਬੰਧ ਆ। ਇਹ ਵੀ ਸਾਰੇ ਦੇਸ਼ ਕਹਿਣ ਡੇ ਆ ਕਿ ਇਸਰਾਇਲ ਨੇ ਗਲਤ ਕੀਤਾ ਅਤੇ ਅਸੀਂ ਹਮਾਸ ਅਤੇ ਉਸ ਫਲਸਤੀਨੀ ਭਾਈਚਾਰੇ ਦੇ ਨਾਲ ਖੜ੍ਹੇ। ਇਹਦਾ ਕਰਕੇ ਲੜਾਈ ਨੂੰ ਇੱਕ ਹੱਦ ਤੋਂ ਅੱਗੇ ਵਧਣ ਤੋਂ ਰੋਕਣਾ ਚਾਹੀਦਾ, ਜੇ ਇਹ ਲੜਾਈ ਹੋਰ ਜ਼ਿਆਦਾ ਵੱਧਦੀ ਹੈ ਅਤੇ ਇਕੱਲੀ ਉੱਥੋਂ ਤੱਕ ਨਹੀਂ। ਹੁਣ ਅੱਜ ਸਵੇਰ ਦੀਆਂ ਖਬਰਾਂ ਜਿਹੜੀਆਂ ਮਿਲਦੀਆਂ ਪਈ, ਕੱਲ੍ਹ ਸ਼ਾਮ ਹੀ ਸ਼ੁਰੂ ਹੋ ਗਈਆਂ ਸੀ, ਉਹ ਹੈ ਕਿ ਹਿਜਬੁੱਲਾ ਵਾਲੇ ਜਿਹੜੇ ਉਹਨਾਂ ਨੇ ਵੀ ਲੜਾਈ ਸ਼ੁਰੂ ਕਰਤੀ ਇੱਕ ਪਾਸੇ ਤੋਂ, ਇੱਧਰੋਂ ਹਮਾਸ ਹੈ ਪਰ ਉਹ ਲਿਬਨਾਨ ਵੱਲੋਂ ਉਹਨਾਂ ਸ਼ੁਰੂ ਕਰਤੀ ਹੈ। ਇਸਰਾਇਲ ਵਾਲੇ ਵੀ ਕਦੇ ਟੇਕੇ ਨਹੀਂ ਬੈਠੇ, ਉਹ ਕਦੇ ਲਿਬਨਾਨ 'ਤੇ, ਕਦੇ ਸੀਰੀਆ 'ਤੇ, ਕਦੇ ਫਲਸਤੀਨ 'ਤੇ, ਕਦੇ ਕਿਸੇ ਹੋਰ ਦੇ ਉੱਤੇ ਕਿਤੇ ਨਾ ਕਿਤੇ ਗੋਲੇ ਦਾਗਣ ਲੱਗੇ ਰਹਿੰਦੇ ਆ, ਅਤੇ ਵੇਖਣ ਨੂੰ ਇੱਦਾਂ ਲੱਗਦਾ ਜਿਵੇਂ ਉਹ ਗੋਲੇ ਹਮਲੇ ਕਰਨ ਵਾਸਤੇ ਨਹੀਂ ਦਾਗਦੇ, ਗੋਲੇ ਪਰਖਣ ਵਾਸਤੇ ਦਾਗਦੇ ਆ ਵੀ ਕਿੰਨੇ ਕੁ ਬੰਦੇ ਮਾਰਦੇ ਆ, ਤਾਂ ਕਿ ਦੁਨੀਆਂ ਨੂੰ ਦੱਸ ਸਕੀਏ ਕਿ ਸਾਡੇ ਕੋਲ ਸਮਾਨ ਬੜਾ ਵਧੀਆ, ਜੇ ਕੱਲ੍ਹ ਨੂੰ ਹਥਿਆਰ ਵੀ ਦੁਨੀਆਂ ਨੂੰ ਵੇਚਣੇ ਹੋਣ ਅਤੇ ਦੁਨੀਆਂ ਨੂੰ ਪਤਾ ਹੋਵੇ ਕਿ ਸਾਡੀ ਹਥਿਆਰਾਂ ਦੀ ਮਾਰ ਕਿੰਨੀ ਹੈ। ਇਸ ਕਰਕੇ ਵੀ ਬੰਦੇ ਮਾਰੀ ਜਾਂਦੇ ਜਾਪਦੇ ਆ,
ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੂੰ ਖਾਸ ਕਰਕੇ ਸੰਸਾਰ ਦੀ ਪੰਚਾਇਤ UN ਨੂੰ ਦਖਲ ਦੇਣਾ ਚਾਹੀਦਾ, ਇਸ ਲੜਾਈ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੀਦਾ, ਜੇ ਵੱਧਦੀ ਗਈ ਤੇ ਸਿੱਟੇ ਮਨੁੱਖਤਾ ਵਾਸਤੇ ਚੰਗੇ ਨਹੀਂ ਨਿਕਲਣੇ। ਬਿਲਕੁਲ ਪਰਮ ਸਾਹਿਬ, ਸਿੱਟੇ ਤਾਂ ਗੰਭੀਰ ਨਿਕਲ ਸਕਦੇ ਆ। ਅੱਗੇ ਵੱਧਦਿਆਂ ਗੱਲ ਕਰਨੀ ਆ ਕਰਨਾਟਕ ਦੀ, ਕਿਉਂਕਿ ਤਿਉਹਾਰ ਆਉਣ ਵਾਲੇ ਤੇ ਬਹੁਤ ਸਾਰੀਆਂ ਥਾਵਾਂ ਤੇ ਪਟਾਕੇ ਵੀ ਵਜਾਉਂਦੇ ਆ ਤੇ ਕਈ ਥਾਵਾਂ ਤੇ ਪਾਬੰਦੀ ਵੀ ਹੈ। ਪਰ ਪਰਮ ਸਾਹਿਬ, ਕਰਨਾਟਕ ਦੇ ਵਿੱਚ ਪਤਾ ਲੱਗਿਆ ਕਿ ਇੱਕ ਫੈਕਟਰੀ 'ਚ ਪਟਾਕੇ ਬਣਾ ਰਹੇ ਸੀ ਤੇ ਬਲਾਸਟ ਹੋ ਗਿਆ, 14 ਕੁ ਲੋਕਾਂ ਦੀ ਮੌਤ ਹੋਈ ਹੈ। ਦੇਖੋ, ਇਹ ਜਿਹੜੇ ਪਟਾਕਿਆਂ ਤੇ ਪਾਬੰਦੀ ਆ ਦਿੱਲੀ 'ਚ ਲੱਗੀ ਆ ਤੇ ਉਸ ਪਾਬੰਦੀ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਆਖਿਆ ਦਿੱਲੀ ਸਰਕਾਰ ਨੇ ਠੀਕ ਕੀਤਾ, ਉਹ ਪਟਾਕਿਆਂ ਦੇ ਅੱਗ ਦੇ ਨੁਕਸਾਨ ਤੋਂ ਨਹੀਂ, ਇਸ ਗੱਲ ਤੋਂ ਕਿ ਪਟਾਕਿਆਂ ਦਾ ਕਰਕੇ ਦੀਵਾਲੀ ਤੇ ਪ੍ਰਦੂਸ਼ਣ ਬਹੁਤ ਹੋ ਜਾਂਦਾ। ਦਿੱਲੀ ਸਰਕਾਰ ਨੇ ਪਾਬੰਦੀ ਲਾਈ, ਸੁਪਰੀਮ ਕੋਰਟ ਨੇ ਆਖਿਆ ਸੀ ਕੋਈ ਦਖਲ ਨਹੀਂ ਦੇਣਾ, ਪਰ ਇਹਦੇ ਦੌਰਾਨ ਕਦੇ ਕਿਤੇ ਪਟਾਕਾ ਫੈਕਟਰੀਆਂ ਦੇ ਵਿੱਚ ਹਾਦਸੇ ਹੁੰਦੇ ਆ। ਪਟਾਕੇ ਬਣਾਉਣ ਦਾ ਕੰਮ ਬਹੁਤਾ ਕਰਕੇ ਬੱਚਿਆਂ ਤੋਂ ਔਰਤਾਂ ਤੋਂ ਕਰਾਇਆ ਜਾਂਦਾ, ਨਿੱਕੀਆਂ ਨਿੱਕੀਆਂ ਕੋਠੀਆਂ 'ਚ 10-10 12-12 ਜਣੇ ਬਿਠਾਏ ਆ, ਬਰੂਦ ਉੱਥੇ ਢੇਰ ਲੱਗੇ ਪਿਆ, ਉਹ ਢੇਰ ਦੇ ਵਿੱਚ ਚੁਟਕੀਆਂ ਨਾਲ ਭਰ ਭਰ ਕੇ ਪਟਾਕਿਆਂ 'ਚ ਪਾਉਂਦੇ ਆ ਅਤੇ ਪਟਾਕੇ ਜੋੜਦੇ ਆ। ਜੇ ਕਿਤੇ ਮਾੜਾ ਜਿਹਾ ਵੱਟੇ 'ਤੇ ਵੱਟਾ ਵੱਜ ਕੇ ਵੀ ਚੰਗੇੜਾ ਨਿਕਲਾਵੇ ਅਤੇ ਉਹਨਾਂ ਚੰਗੇੜਾ ਜਿੱਦਾਂ ਗੈਸ ਚੰਗੇੜੇ ਨੂੰ ਫੜਦੀ ਹੈ, ਜਿੱਥੇ ਬਰੂਦ ਪਿਆ ਹੋਵੇ ਉੱਥੇ ਬਰੂਦ ਵੀ ਇਸੇ ਤਰ੍ਹਾਂ ਫੜਦਾ, ਉਹ ਜਿਹੜਾ ਬਰੂਦ ਫਟ ਇੱਕ ਵਾਰੀ ਚੰਗੇੜੇ ਨੂੰ ਫੜ ਦੇਵੇ ਮੁੜ ਕੇ ਸੰਭਾਲਿਆ ਨਹੀਂ ਜਾਂਦਾ। ਤਾਮਿਲਨਾਡੂ ਦੇ ਸੇਵਾ ਕਾਸੀ 'ਚ ਸਭ ਤੋਂ ਵੱਧ ਪਟਾਕੇ ਬਣਦੇ ਆ ਅਤੇ ਉੱਥੇ ਹਰ ਸਾਲ 2-3 ਵਾਰ ਅੱਗ ਲੱਗਦੀ ਹੈ ਅਤੇ ਕਈ ਕਈ ਲੋਕ ਮਰਦੇ ਆ। ਇਸ ਵਾਰੀ ਕਰਨਾਟਕ ਵਿੱਚ ਪਟਾਕਿਆਂ ਦੀ ਫੈਕਟਰੀ 'ਚ ਅੱਗ ਲੱਗੀ ਹੈ, 14 ਮੌਤਾਂ ਹੋ ਗਈਆਂ ਨੇ। ਸਵਾਲ ਇਹ ਹੈ ਕਿ ਜਿੱਥੇ ਇਹੋ ਜਿਹੀ ਇੱਕ ਪਟਾਕਿਆਂ ਦੀ ਫੈਕਟਰੀ ਸੀ ਉਹ ਕਦੋਂ ਦੀ ਲੱਗੀ ਸੀ, ਕਿਹਨੇ ਲੱਗਣ ਦਿੱਤੀ, ਜੇ ਲੱਗਣ ਦਿੱਤੀ ਤਾਂ ਉੱਥੇ ਅੱਗ ਦੇ ਪੂਰੇ ਪ੍ਰਬੰਧ ਸੀਗੇ ਕਿ ਨਹੀਂ। ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਮੈਂ ਵਿਦੇਸ਼ਾਂ 'ਚ ਵੇਖਿਆ ਹਰ ਛੋਟੇ ਮੋਟੇ ਦਫ਼ਤਰ 'ਚ ਦੁਕਾਨ ਵਿੱਚ ਵੀ ਅੱਗ ਬੁਝਾਉਣ ਵਾਲਾ ਸਿਲੰਡਰ ਪਿਆ, ਜਿੱਥੇ ਵੀ ਕਿਸੇ ਦਾ ਅੱਗ ਬੁਝਾਉਣ ਵਾਸਤੇ ਪ੍ਰਬੰਧ ਪਹਿਲਾਂ ਕੀਤੇ ਜਾਂਦੇ ਆ ਤਾਂ ਕਿ ਕੱਲ੍ਹ ਨੂੰ ਕੋਈ ਮਾੜੀ ਘਟਨਾ ਹੋਵੇ ਤਾਂ ਸੰਭਾਲਣੀ ਕਿੱਦਾਂ। ਸਾਡੇ ਕੋਈ ਦਫ਼ਤਰ ਖੁੱਲ੍ਹੇ, ਕੋਈ ਦੁਕਾਨ ਖੁੱਲ੍ਹੇ, ਕੋਈ ਵਰਕਸ਼ਾਪ ਕੁਛ ਵੀ ਖੁੱਲ੍ਹੇ, ਜੇ ਅਸੀਂ ਪੁੱਛ ਲਈਏ ਨਾ ਵੀ ਹੈ ਤਾਂ ਤੈਨੂੰ ਬਈ ਵਧਾਈ ਬਹੁਤ ਸੋਹਣਾ ਸਭ ਕੁਝ ਕੀਤਾ ਅਤੇ ਫਾਇਰ ਫਾਈਟਿੰਗ ਦੇ ਪ੍ਰਬੰਧ ਵੀ ਕੀਤੇ ਆ ਕੋਈ ਇਹੋ ਜਿਹੇ, ਤੂੰ ਪਤਾ ਕੀ ਕਹਿੰਦੇ ਆ, ਅਜੇ ਅਸੀਂ ਕਾਰੋਬਾਰ ਸ਼ੁਰੂ ਕਰਨ ਲੱਗੇ ਤੂੰ ਪਹਿਲਾਂ ਬਲੱਛੜੀਆਂ ਗੱਲਾਂ ਕਰਦਾ, ਤੈਨੂੰ ਇਹੋ ਹੀ ਦੱਸਦਾ ਵੀ ਅੱਗ ਲੱਗ ਜੂਗੀ। ਇੱਥੇ ਲੋਕੀ ਇਸ ਗੱਲ ਨੂੰ ਬਹੁਤ ਮਾੜਾ ਸਮਝਦੇ, ਜੇ ਆਖੀਏ ਕਿ ਉਹ ਵੀ ਪ੍ਰਬੰਧ ਕਰ ਲਓ। ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਨੇ ਉਹ ਕਹਿੰਦੇ ਸਭ ਤੋਂ ਪਹਿਲਾਂ ਇਹ ਪ੍ਰਬੰਧ ਕਰੋ ਕਿਉਂਕਿ ਕਦੇ ਵੀ ਕਿਤੇ ਕੋਈ ਦੁਰਘਟਨਾ ਵਾਪਰ ਸਕਦੀ ਹੈ। ਸੋ ਕਰਨਾਟਕ ਜੋ ਹੋਇਆ ਉਹਦੀ ਸਾਰੇ ਪੜਤਾਲ ਹੋਣੀ ਚਾਹੀਦੀ ਹੈ, ਖਾਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਸਾਰੇ ਸ਼ਹਿਰਾਂ 'ਚ ਜਿੱਥੇ ਪਟਾਕੇ ਵਗੈਰਾ ਬਣਦੇ ਆ ਜਾਂ ਜਿੱਥੇ ਸਟੋਰ ਕੀਤੇ ਜਾਂਦੇ ਆ ਜਾਂ ਜਿਹੜੀਆਂ ਦੁਕਾਨਾਂ 'ਤੇ ਵਿਕਦੇ ਆ ਉਹਨਾਂ ਸਾਰਿਆਂ ਨੂੰ ਵੇਲੇ ਸਿਰ ਚੈੱਕ ਕਰਨਾ ਚਾਹੀਦਾ, ਨਹੀਂ ਤਾਂ ਕੋਈ ਪਤਾ ਨਹੀਂ 2-4 ਵਾਰੀ ਸਾਡੇ ਪੰਜਾਬ 'ਚ ਵੀ ਹੋ ਚੁੱਕੇ ਆ। ਪਹਿਲਾ ਪਟਾਕਿਆਂ ਦਾ ਧਮਾਕਾ 1980 'ਚ ਸਾਡੇ ਪੰਜਾਬ 'ਚ ਹੋਇਆ ਸੀ, 4 ਮੌਤਾਂ ਹੋਈਆਂ ਸੀ, ਉਹ ਤੋਂ ਬਾਅਦ ਕਈ ਵਾਰੀ ਹੋ ਚੁੱਕੇ, ਖਿਆਲ ਰੱਖਣਾ ਚਾਹੀਦਾ ਜੀ। ਪਰ ਸਾਹਿਬ, ਇਹਨਾਂ ਸਾਰੀਆਂ ਖਬਰਾਂ 'ਤੇ ਤੁਸੀਂ ਚਰਚਾ ਕੀਤੀ, ਤੁਹਾਡਾ ਬਹੁਤ ਧੰਨਵਾਦ ਜੀ। ਜੀ, ਮਿਹਰਬਾਨੀ, ਸ਼ੁਕਰੀਆ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।